ਗੁੱਡ ਈਵਨਿੰਗ एवरीवन ਹਾਂਜੀ ਸਟੂਡੈਂਟਸ ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੱਲ ਕਿੰਨੀ ਆਪਣੇ ਦੋ ਪੇਪਰਸ ਹੋਣੇ ਨੇ ਜੀ ਮੇਨ ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ ਕਿਹੜੇ-ਕਿਹੜੇ ਪੇਪਰ ਨੇ ਇੱਕ ਤਾਂ ਹੋਣਾ ਥੋੜਾ ਹਾਂਜੀ ਕਿਹੜੇ-ਕਿਹੜੇ ਇੱਕ ਤਾਂ ਕੱਲ ਤਾਂ ਹੈਗਾ ਜੀ ਸਾਰਿਆਂ ਦਾ ਪੀਐਸਟੀਐਸਸੀ ਦਾ ਪੇਪਰ ਹੈਗਾ ਜੀ ਸਾਰਿਆਂ ਦਾ ਠੀਕ ਹੈ ਪੀਐਸਟੀਐਸਸੀ ਦਾ ਪੇਪਰ ਹੈਗਾ ਕੁਝ ਬੱਚਿਆਂ ਦਾ ਪੀਐਸਟੀਐਸਸੀ ਦਾ ਪੇਪਰ ਹੈ ਤੇ ਇਹ ਕਿਹੜੀ ਕਿਹੜੀ ਕਲਾਸ ਦੇ ਬੱਚਿਆਂ ਦਾ 8ਵੀਂ ਤੇ 10ਵੀਂ ਦੇ ਬੱਚਿਆਂ ਦਾ ਜਿਨ੍ਹਾਂ ਦਾ ਫਾਰਮ ਭਰਿਆ ਹੋਇਆ ਹੈ ਤੇ ਜਿਨ੍ਹਾਂ ਨੂੰ ਰੋਲ ਨੰਬਰਸ ਵਗੈਰਾ ਮਿਲ ਗਏ ਉਹਨੇ ਬੇਟਾ ਉਹਨਾਂ ਦਾ ਕੱਲ ਪੇਪਰ ਹੈ ਠੀਕ ਹੈ ਜੀ ਹੁਣ ਧਿਆਨ ਰੱਖਣਾ ਹੈ ਕੱਲੋਂ ਇੱਕ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਲ ਦੀ ਬੈਸਟ ਤੁਹਾਡੇ ਪੇਪਰਸ ਲਈ ਠੀਕ ਹੈ ਜੀ ਆਲ ਦੀ ਬੈਸਟ ਪੇਪਰ ਬੇਟਾ ਕੁਝ ਟਿਪਸ ਨੇ ਜਰੂਰ ਜਿਹੜਾ ਧਿਆਨ ਰੱਖਣੇ ਹੈ ਇੱਕ ਤਾਂ ਪੇਪਰ ਦਾ ਸਮਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਜੀ ਪੇਪਰ ਦਾ ਸਮਾਂ ਕਿੰਨੇ ਤੋਂ ਕਿੰਨੇ ਹੈ ਹਾਂਜੀ ਪੇਪਰ ਦਾ ਸਮਾਂ ਕਿੰਨੇ ਤੋਂ ਕਿੰਨੇ ਹੈ ਸਾਰਿਆਂ ਨੂੰ ਪਤਾ ਹੈ ਪੇਪਰ ਦਾ ਸਮਾਂ ਕਿੰਨਾ ਹੈ ਹਾਂਜੀ ਕੀ ਸਮਾਂ ਪੇਪਰ ਦਾ ਬੇਟਾ ਪੇਪਰ ਦਾ ਸਮਾਂ ਹੈਗਾ ਜੀ ਆਪਣਾ ਜਿਹੜਾ ਤਾਂ ਕੱਲ ਪੇਪਰ ਹੈ ਜਿਹੜਾ ਪੀਐਸਟੀਐਸਸੀ ਦਾ ਪੇਪਰ ਹੈ ਚਾਹੇ 8ਵੀਂ ਦਾ ਚਾਹੇ 10ਵੀਂ ਦਾ ਉਹ ਦਾ ਹੈਗਾ 10 ਵਜੇ ਤੋਂ 1 ਵਜੇ ਤੱਕ ਦਾ ਪੇਪਰ ਹੈ ਬੇਟਾ ਤੇ ਤੁਸੀਂ ਧਿਆਨ ਰੱਖਣਾ ਜਦੋਂ ਵੀ ਪੇਪਰ ਦੇ ਜਾਣਾ ਇੱਕ ਤਾਂ ਤੁਸੀਂ ਸਕੂਲ 9 ਵਜੇ ਪਹੁੰਚ ਜਾਣਾ ਜੀ ਉੱਥੇ ਆਪਣੇ ਸੈਂਟਰ ਦੇ ਜਿਹੜਾ ਜਿਹੜਾ ਸੈਂਟਰ ਮਿਲਿਆ ਹੋਇਆ ਹੈ ਉੱਥੇ ਤੁਸੀਂ 9 ਵਜੇ ਪਹੁੰਚ ਜਾਣਾ ਬੇਟਾ ਠੀਕ ਹੈ ਜੀ ਦੂਸਰੇ ਨੰਬਰ ਤੇ ਧਿਆਨ ਰੱਖਣਾ ਹੈ ਰੋਲ ਨੰਬਰ ਨੂੰ ਧਿਆਨ ਨਾਲ ਫਿਲ ਕਰਨਾ ਹੈ ਬੇਟਾ ਰੋਲ ਨੰਬਰ ਫਿਲ ਕਰਾਂ ਚ ਕੋਈ ਗਲਤੀ ਨਹੀਂ ਕਰਨੀ ਠੀਕ ਹੈ ਤੀਸਰੇ ਨੰਬਰ ਤੇ ਜਿੰਨੇ ਵੀ ਕੁਐਸਚਨ ਦਿੱਤੇ ਹੋਣਗੇ ਬੇਟਾ ਉਹ ਕੁਐਸਚਨ ਗਏ ਜੇ ਹੋਣਗੇ ਤੁਹਾਨੂੰ ਪਤਾ ਹੀ ਹੈ ਐਵੇਂ ਜਿਵੇਂ ਹੁਣ ਮੰਨ ਲਓ ਪਹਿਲੇ ਕੁਐਸਚਨ ਦਾ ਆਨਸਰ ਦੇਣਾ ਐਵੇਂ ਚਾਰ ਬਾਕਸਿਸ ਹੋਣੇ ਆ ਤੁਸੀਂ ਇੱਕ ਬਾਕਸ ਨੂੰ ਕਾਲਾ ਕਰਨਾ ਇੱਕ ਤੋਂ ਵੱਧ ਨੂੰ ਕਾਲਾ ਨਹੀਂ ਕਰਨਾ ਜੀ ਠੀਕ ਹੈ ਜੇ ਇੱਕ ਤੋਂ ਵੱਧ ਨੂੰ ਕਾਲਾ ਕਰ ਲਿਆ ਤਾਂ ਤੁਹਾਨੂੰ ਉਸ ਦੇ ਨੰਬਰ ਨਹੀਂ ਮਿਲਣੇ ਬੇਟਾ ਕਲੀਅਰ ਹੈ ਤੇ ਦੂਸਰੇ ਨੰਬਰ ਤੇ ਧਿਆਨ ਰੱਖਣਾ ਕੋਈ ਕੁਐਸਚਨ ਛੱਡਣਾ ਨਹੀਂ ਠੀਕ ਹੈ ਕੋਈ ਕੁਐਸਚਨ ਸਕਿੱਪ ਕਰਨਾ ਤੇ ਕੋਈ ਵੀ ਹਰ ਇੱਕ ਕੁਐਸਚਨ ਚਾਹੇ ਜਿਹੜਾ ਨਹੀਂ ਆਂਦਾ ਜੇ ਮੰਨ ਲਓ ਤੁਹਾਨੂੰ ਤੀਜਾ ਕੁਐਸਚਨ ਨਹੀਂ ਆਂਦਾ ਇਹਦੀ ਚਾਰ ਚੁਆਇਸਿਜ਼ ਨੇ ਤੁਹਾਨੂੰ ਨਹੀਂ ਆਂਦਾ ਤਾਂ ਤੁਸੀਂ ਤੁੱਕਾ ਮਾਰ ਕੇ ਆਣਾ ਚਾਹੇ ਪਹਿਲੇ ਤੇ ਤੁੱਕਾ ਮਾਰਿਆ ਉਹ ਚਾਹੇ ਦੂਜੇ ਤੇ ਤੁੱਕੇ ਮਾਰਿਆ ਉਹ ਜਾਂ ਤੀਸਰਾ ਮਾਰਿਆ ਉਹ ਜਾਂ ਚੌਥਾ ਤੁੱਕਾ ਜ਼ਰੂਰ ਮਾਰ ਕੇ ਆਣਾ ਜਿਹੜਾ ਕੁਐਸਚਨ ਨਹੀਂ ਆਂਦਾ ਕਿਉਂ ਨਹੀਂ ਕਿਉਂ ਮਾਰ ਕੇ ਆਣਾ ਕਿਉਂਕਿ ਕਦੇ-ਕਦੇ ਉਹ ਤੁੱਕਾ ਸਹੀ ਹੋ ਜਾਂਦਾ ਹੈ ਇਸ ਲਈ ਕੋਈ ਵੀ ਕੁਐਸਚਨ ਛੱਡਣਾ ਨਹੀਂ ਠੀਕ ਹੈ ਤੇ ਨੈਕਸਟ ਕਿਸੇ ਵੀ ਕੁਐਸਚਨ ਦੇ ਉੱਤੇ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਠੀਕ ਹੈ ਇਹ ਧਿਆਨ ਰੱਖਣਾ ਹੈ ਟਾਈਮ ਜ਼ਰੂਰ ਬਚਾਣਾ ਹੈ ਕਿ ਕੋਈ ਵੀ ਕੁਐਸਚਨ ਤੇ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਕਿਉਂਕਿ ਆਪਾਂ ਨੂੰ ਪਤਾ ਹੈ ਮੈਟ ਕਰਨਾ ਮੈਟ ਦੇ ਵਿੱਚ ਟਾਈਮ ਲੱਗੂਗਾ ਸੈਟ ਦੇ ਵਿੱਚ ਇੰਨਾ ਟਾਈਮ ਨਹੀਂ ਲੱਗਣਾ ਸੈਟ ਦੇ ਪੇਪਰ 'ਚ ਇਸ ਲਈ ਮੈਟ ਦੇ ਪੇਪਰ 'ਚ ਤੁਸੀਂ ਪੂਰੀ ਸਪੀਡ ਰੱਖਣੀ ਹੈ ਕਲੀਅਰ ਹੈ ਬੇਟਾ ਤੇ ਇੱਕ ਧਿਆਨ ਰੱਖਣਾ ਹੈ ਜਿਹੜੇ ਰਿਜ਼ਰਵ ਕੈਟੇਗਰੀ ਦੇ ਬੱਚੇ ਨੇ ਐਸਸੀ ਜਾਂ ਬੀਸੀ ਨੇ ਉਹਨਾਂ ਨੇ ਆਪਣਾ ਸਰਟੀਫਿਕੇਟ ਨਾਲ ਲੈ ਕੇ ਜਾਣਾ ਉਹ ਤਾਂ ਸਾਰਿਆਂ ਨੂੰ ਮਿਲ ਗਿਆ ਉਹਨਾਂ ਟੀਚਰਜ਼ ਨੇ ਨਾਲ ਦੇ ਤਾਂ ਹੁਣ ਜਿਹੜੇ ਐਸਸੀ ਨੇ ਉਹਨਾਂ ਨੇ ਆਪਣਾ ਸਰਟੀਫਿਕੇਟ ਨਾਲ ਲੈ ਕੇ ਜਾਣਾ ਬੀਸੀ ਨੇ ਆਪਣਾ ਸਰਟੀਫਿਕੇਟ ਨਾਲ ਲੈ ਕੇ ਜਾਣਾ ਠੀਕ ਹੈ ਬੇਟਾ ਤੇ ਨੈਕਸਟ ਗੱਲ ਰਹੇਗੀ ਜਿਹੜਾ ਸੰਡੇ ਨੂੰ ਪੇਪਰ ਹੈ ਸੰਡੇ ਨੂੰ ਪਤਾ ਤੁਹਾਨੂੰ ਦੋ ਪੇਪਰ ਨੇ ਇੱਕ ਐਨਟੀਐਸਸੀ ਦਾ ਪੇਪਰ ਹੈ 10ਵੀਂ ਵਾਲਿਆਂ ਦਾ 8ਵੀਂ ਵਾਲਿਆਂ ਦਾ ਐਨਐਮਐਮਐਸ ਦਾ ਪੇਪਰ ਹੈ ਟਾਈਮਿੰਗ ਵੀ ਪਤਾ ਹੈ ਤੁਹਾਨੂੰ ਕੀ ਟਾਈਮਿੰਗ ਹੈ ਜੀ ਜਿਹੜਾ ਐਨਟੀਐਸਸੀ ਲੈਵਲ ਦਾ ਪੇਪਰ ਹੈ ਉਹਦੀ ਟਾਈਮਿੰਗ ਹੈ 10 ਵਜੇ ਤੋਂ 1 ਵਜੇ ਤੱਕ ਠੀਕ ਹੈ ਇਸ ਲਈ ਆਪਾਂ ਨੇ 9 ਵਜੇ ਪਹੁੰਚ ਜਾਣਾ ਤੇ ਜਿਹੜਾ ਐਨਐਮਐਮਸ ਵਾਲੇ 8ਵੀਂ ਕਲਾਸ ਦੇ ਬੱਚੇ ਨੇ ਉਹਨਾਂ ਦਾ ਟਾਈਮਿੰਗ ਕੀ ਹੈ ਬੇਟਾ ਉਹ ਹੈ 10 ਤੋਂ ਲੈ ਕੇ 1 ਵਜੇ ਤੱਕ ਉਹਨਾਂ ਨੇ ਵੀ 9 ਵਜੇ ਸੈਂਟਰ ਪਹੁੰਚ ਜਿਓ ਬੇਟਾ ਠੀਕ ਹੈ ਤੇ ਜਦੋਂ ਸੈਂਟਰ ਦੇ ਵਿੱਚ ਜਾਣਾ ਇੱਕ ਤਾਂ ਆਪਣਾ ਰੋਲ ਨੰਬਰ ਜ਼ਰੂਰ ਲੈ ਕੇ ਜਾਣਾ ਠੀਕ ਹੈ ਜੀ ਦੂਸਰੇ ਨੰਬਰ ਤੇ ਆਪਣਾ ਆਧਾਰ ਕਾਰਡ ਵੀ ਲੈ ਜਿਓ ਨਾਲ ਬੇਟਾ ਸਾਰੇ ਜਾਣੇ ਠੀਕ ਹੈ ਤੀਸਰੇ ਨੰਬਰ ਤੇ ਹੋਰ ਕੀ ਲੈ ਕੇ ਜਾਣਾ ਆਪਣਾ ਜਿਹੜਾ ਕੈਟਾਗਰੀ ਦਾ ਪ੍ਰੂਫ ਐਸ ਸੀ ਬੀ ਸੀ ਜਿਹੜੀ ਵੀ ਕੈਟਾਗਰੀ ਹੈ ਉਹਦਾ ਪ੍ਰੂਫ ਜਿਹੜੇ ਸਕੂਲ ਨੇ ਦਿੱਤਾ ਹੋਣਾ ਉਹਨੂੰ ਨਾਲ ਲੈ ਕੇ ਜਾਣਾ ਬੇਟਾ ਹੋ ਸਕੇ ਤਾਂ ਆਪਣਾ ਕਾਰਡਬੋਰਡ ਨਾਲ ਲੈ ਜਿਓ ਠੀਕ ਹੈ ਗੱत्ता ਆਪਣਾ ਨਾਲ ਲੈ ਜਿਓ ਕਦੇ ਕਦੇ ਲੋਡ ਪੈਣ ਤੇ ਗੱਤੇ ਦੀ ਵਰਤੋਂ ਕਰ ਸਕਦੇ ਆ ਆਪਾਂ ਤੇ ਨਾਲ ਤੁਸੀਂ ਪੈਨ ਤੇ ਪੈਨਸਲ ਪੈਨ ਪੈਨਸਲ ਜ਼ਰੂਰ ਨਾਲ ਲੈ ਕੇ ਜਾਈਓ ਠੀਕ ਹੈ ਚਾਹੇ ਦੋ ਪੈਨ ਤੇ ਦੋ ਪੈਨਸਲ ਨਾਲ ਜ਼ਰੂਰ ਲੈ ਕੇ ਜਾਣਾ ਬੇਟਾ ਠੀਕ ਹੈ ਆਈ ਅਗੇਨ ਰਿਪੀਟ ਕੋਈ ਵੀ ਕੁਐਸਚਨ ਤੁਸੀਂ ਛੱਡਨੇ ਨਹੀਂ ਤੇ ਟਾਈਮ ਦੇ ਅਕੋਰਡਿੰਗ ਪੇਪਰ ਕਰਨਾ ਤੁਹਾਨੂੰ ਪਤਾ ਹੈ ਜਿਹੜਾ ਸ਼ਨੀਵਾਰ ਦੇ ਪੇਪਰ ਦਾ ਟਾਈਮ 10 ਵਜੇ ਤੋਂ 1 ਵਜੇ ਤੱਕ ਹੈ ਤੇ ਪਹਿਲਾ 8ਵੀਂ ਵਾਲਿਆਂ ਦਾ ਜਿਹੜੇ ਦੋਨੋਂ ਪੇਪਰਸ ਉਹਨੇ ਚਾਹੇ ਸ਼ਨੀਵਾਰ ਨੂੰ ਹੋਣਾ ਹੈ ਤੇ ਜਿਹੜਾ ਐਤਵਾਰ ਨੂੰ ਹੋਣਾ ਹੈ ਦੋਨਾਂ ਦਾ 10 ਤੋਂ 1 ਦਾ ਟਾਈਮ ਹੈ ਤੇ ਜਿਹੜੇ 10ਵੀਂ ਵਾਲੇ ਬੱਚੇ ਨੇ ਜਿਨ੍ਹਾਂ ਦਾ ਸੈਟਰਡੇ ਨੂੰ ਪੇਪਰ ਹੋਣਾ ਹੈ ਪੀਐਸਟੀ ਐਸਸੀ ਦਾ ਉਹ ਤਾਂ 10 ਤੋਂ 1 ਵਜੇ ਤੱਕ ਹੈ ਤੇ ਜਿਹੜਾ ਐਨਟੀਐਸਸੀ ਦਾ ਹੋਣਾ ਹੈ ਜੀ ਉਹ 10 ਤੋਂ 2 ਵਜੇ ਤੱਕ ਹੈ ਇਸ ਲਈ ਆਪਣੀ ਸਪੀਡ ਅਡੇ ਅਕੋਰਡਿੰਗ ਚੱਲਣਾ ਹੈ ਠੀਕ ਹੈ ਬੇਟਾ ਤੇ ਆਪਣਾ ਰੋਲ ਨੰਬਰ ਉੱਥੇ ਦੇਖ ਕੇ ਸਹੀ ਭਰਨਾ ਹੈ ਠੀਕ ਹੈ ਚਾਹੇ ਪਹਿਲਾਂ ਪੈਨਸਲ ਨਾਲ ਰੋਲ ਨੰਬਰ ਭਰ ਲਓ ਬਾਅਦੋਂ ਪੈਨ ਨਾਲ ਭਰ ਲਿਓ ਰੋਲ ਨੰਬਰ ਸਹੀ ਭਰਿਓ ਬੇਟਾ ਤੇ ਜਿਹੜਾ ਉੱਥੇ ਟੀਚਰ ਡਿਊਟੀ ਲੱਗੀ ਹੋਊਗੀ ਉਹਨਾਂ ਤੋਂ ਚੈੱਕ ਕਰਵਾ ਲਿਓ ਕਿ ਸਹੀ ਭਰਿਆ ਹੋਇਆ ਹੈ ਪਹਿਲਾਂ ਪੈਨਸਲ ਨਾਲ ਭਰ ਕੇ ਚੈੱਕ ਕਰਵਾ ਲਿਓ ਠੀਕ ਹੈ ਤੇ ਇੱਕ ਧਿਆਨ ਰੱਖਿਓ ਰੋਲ ਨੰਬਰ ਭਰਨ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ ਰੋਲ ਨੰਬਰ ਭਰਨ ਤੇ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਉਹਨਾਂ ਨੇ ਤੁਹਾਨੂੰ ਪਹਿਲਾਂ ਹੀ ਉਹ ਦੇ ਦੇਨੀ ਆ ਅਨਸਰ ਸ਼ੀਟ ਤੁਸੀਂ ਰੋਲ ਨੰਬਰ ਪਹਿਲਾਂ ਹੀ ਫਿਲ ਕਰ ਲਿਓ ਠੀਕ ਹੈ ਅਗੇਨ ਕਹਿ ਰਿਹਾ ਬੇਟਾ ਕੋਈ ਕੁਐਸਚਨ ਛੱਡਣਾ ਨਹੀਂ ਠੀਕ ਹੈ ਤੇ ਲਾਸਟ ਦੇ ਵਿੱਚ ਮੈਂ ਨਹੀਂ ਕਹੂੰਗਾ ਜੀ 올 ది ਬੈਸਟ ਆਪਣਾ ਬੈਸਟ ਕਰਕੇ ਆਣਾ ਠੀਕ ਹੈ ਜੀ 올 ది ਵੈਰੀ ਬੈਸਟ ਓਕੇ ਚਲੋ ਥੈਂਕ ਯੂ ਥੈਂਕਸ ਅ ਲੋਟ